ਸਨੋ ਦੇ ਕਿੰਨੀ ਪੈ ਗਈ ਯਾਰ ਹੱਦ ਹੋ ਗਈ ਪਾਣੀ ਤੇ ਸਨੋ ਡਿੱਗ ਰਹੀ ਅੱਜ ਪਹਿਲਾ ਦਿਨ ਹੀ ਆ ਜਦੋਂ ਸਨੋ ਪਈ ਆ ਤੇ ਤੁਸੀਂ 100 ਡਾਲਰ ਦੀ ਗ੍ਰੋਸਰੀ ਕਰ ਲਈ ਤੁਹਾਨੂੰ ਮਿਲ ਗਿਆ 1 ਪਾਉਂਡ ਗਰਮਾ ਗਰਮ ਜਲੇਬੀਆਂ ਫ੍ਰੀ ਕੈਨੇਡਾ ਆਉਣ ਤੋਂ ਪਹਿਲਾਂ ਇੰਡੀਆ ਦੇ ਵਿੱਚ ਜਦੋਂ ਸੀਗੇ ਉਦੋਂ ਬਹੁਤ ਘੱਟ ਮੈਨੂੰ ਲੱਗਦਾ ਆਪਾਂ ਕਦੀ ਹੁੰਦਾ ਸੀ ਵੀ ਗਾਂ ਦਾ ਦੁੱਧ ਪੀਤਾ ਹੋਵੇ ਮੱਝ ਘਰੇ ਵੀ ਮੱਝਾਂ ਰੱਖੀ ਹੁੰਦੀ ਸੀ ਉਸ ਤੋਂ ਬਾਅਦ ਜਦ ਵੇਚਦੀਆਂ ਫੇਰ ਵੀ ਮੱਝਾਂ ਦਾ ਦੁੱਧ ਪੀਂਦੇ ਸੀ ਪਰ ਜਦੋਂ ਦੇ ਕੈਨੇਡਾ ਆਇਆ ਪਿਛਲੇ ਕਿੰਨੇ ਸਾਲਾਂ ਤੋਂ ਗਾਵਾਂ ਦਾ ਹੀ ਦੁੱਧ ਪੀਂਦੇ ਆ ਇੰਡੀਆ ਜਾ ਕੇ ਮੱਝ ਦਾ ਦੁੱਧ ਪੀਣ ਦਾ ਚਾਅ ਹੁੰਦਾ ਤੇ ਕੈਨੇਡਾ ਦੇ ਵਿੱਚ ਮੱਝਾਂ ਕਦੇ ਦੇਖਿਆ ਵੀ ਨਹੀਂ ਸਿਰਫ ਇੱਕ ਅਸੀਂ ਆਪਣੀ ਜਿਹੜਾ ਵਲੌਗ ਬਣਾਇਆ ਸੀ ਪਹਿਲਾਂ ਭੂਆ ਜੀ ਦੇ ਘਰੇ ਉਹਨਾਂ ਨੇ ਮੱਝਾਂ ਰੱਖੀ ਹੋਈ ਸੀਗਾ ਵੈਨਕੂਵਰ ਉਧਰ ਲੈਂਗ ਲਈ ਕਰਨੀ ਉਹੀ ਆਪਾਂ ਤੁਹਾਨੂੰ ਦਿਖਾਈਆਂ ਸੀ ਕਿਉਂਕਿ ਵਾਤਾਵਰਣ ਨਹੀਂ ਹੈਗਾ ਉਰੇ ਮੱਝਾਂ ਵਾਲਾ ਸਾਫ ਸੰਭਾਲ ਬਹੁਤ ਕਰਨੀ ਪੈਂਦੀ ਹੈ ਠੰਡ ਦੇ ਵਿੱਚ ਪਰ ਅੱਜ ਆਪਾਂ ਇੱਕ ਇਹੋ ਜਿਹੇ ਗ੍ਰੋਸਰੀ ਸਟੋਰ ਤੇ ਖੜੇ ਆ ਜਿੱਥੇ ਸਾਨੂੰ ਪਹਿਲੀ ਵਾਰੀ ਮੈਨੂੰ ਕੈਨੇਡਾ ਦੇ ਵਿੱਚ ਸਟੋਰ ਦੇ ਵਿੱਚ ਮੱਝਾਂ ਦਾ ਦੁੱਧ ਦੇਖਣ ਨੂੰ ਮਿਲਿਆ ਤੇ ਦੂਜੀ ਘੰਟ ਗੱਲ ਕੀ ਵੀ ਪੈਕਟਾਂ ਦੇ ਵਿੱਚ ਹੀ ਹੁੰਦਾ ਸੀ ਜਾਂ ਗੱਤੇ ਦੇ ਡੱਬੇ ਹੁੰਦੇ ਸੀ ਪਹਿਲੀ ਵਾਰ ਇੱਕ ਸਪੈਸ਼ਲ ਜਿਹੜੀ ਬੋਤਲ ਹੁੰਦੀ ਆ ਆਪਣੀ ਅਮਰੀਕਾ ਦੇ ਵਿੱਚ ਉੱਤੇ ਬਫਲੋ ਮਿਲਕ ਲਿਖਿਆ ਹੋਇਆ ਸੋ ਅਲੱਗ ਜਿਹਾ ਲੱਗ ਰਿਹਾ ਬਈ ਚੱਕਣਾ ਕੁਛ ਚੱਕ ਲਿਆ ਵੀਰੇ ਆ ਜਾਓ ਤੇ ਬਾਕੀ ਜੀ ਮੋਸਟਲੀ ਉਰੇ ਪੈਕਟਾਂ ਦੇ ਵਿੱਚ ਜਾਂ ਗੱਤੇ ਦੇ ਡੱਬਿਆਂ ਦੇ ਵਿੱਚ ਦੁੱਧ ਮਿਲਦਾ ਪਹਿਲੀ ਵਾਰ ਦੇਖਿਆ ਅਮਰੀਕਾ ਵਾਲੇ ਬੜਾ ਮਜ਼ਾਕ ਉਡਾਉਂਦੇ ਹੁੰਦੇ ਨੇ ਸਾਰੇ ਕੀ ਲਾਉਂਦੇ ਨੇ ਵੈਸੇ ਬੋਤਲ ਦੇ ਵਿੱਚ ਜਿਹੜਾ ਆਪਾਂ ਕੈਨੀ ਕਹਿੰਦੇ ਹੁੰਦੇ ਉਹਦੇ ਵਿੱਚ ਦੁੱਧ ਆ ਪੀਪੀ ਪੀਪੀ ਗਾਂ ਦਾ ਨਹੀਂ ਗਾਂ ਦਾ ਹੀ ਨਿਕਲਦਾ ਮੂੰਹ ਚੋਂ ਮੱਝ ਦਾ ਤੇ ਹੈਗਾ ਬਈ 8% ਫੈਟ ਵਾਲਾ ਦੁੱਧ ਆਪਾਂ ਉਰੇ ਪੀਂਦੇ ਆ 2% 3.2% ਕੋਈ ਸਕਿਮ ਮਿਲਕ ਪੀਂਦਾ ਕੋਈ ਕਿੱਦਾਂ ਦਾ ਪੀਂਦਾ ਤੇ ਬਾਈ ਹੁਣ ਜਿਹਨਾਂ ਦਾ ਸਟੋਰ ਆ ਜੀ ਮੈਂ ਲੋਕੇਸ਼ਨ ਐਡਰੈਸ ਇਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਵਾ ਹੁਣ ਜੇ ਚੀਜ਼ ਵਧੀਆ ਵਾ ਜੀ ਪ੍ਰਾਈਸ ਵੀ ਵਧੀਆ ਹੋਲਸੇਲ ਦਾ ਵੀ ਕੰਮ ਕਰਦੇ ਨੇ ਆਹ ਦੇਖੋ ਪਨੀਰ ਦੀ ਪੈਕਿੰਗ ਦੇ ਤੁਸੀਂ ਸਾਈਜ਼ ਦੇਖੋ ਕੋਈ ਵੀ ਵੱਡੀਆਂ ਪੈਕਿੰਗਾਂ ਵੀ ਸਾਰੀਆਂ ਅਵੇਲੇਬਲ ਨੇ ਕਿਸੇ ਨੇ ਆਪ ਸਟੋਰ ਵਾਸਤੇ ਲੈਣੀਆਂ ਹੁਣ ਆਹ ਮੱਖਣੀ ਵਾਲੀਆਂ ਬਾਲਟੀਆਂ ਵੀ ਨੇ ਆਹ ਦੇਖੋ ਸਾਰਾ ਕੁਝ ਹੈਗਾ ਵਾ ਉਰੇ ਅੱਗੇ ਚੱਲਦੇ ਹਾਂ ਅੱਜ ਆਪਾਂ ਕਰਨੀਆਂ ਥੋੜੀ ਜੀ ਹੈਲਦੀ ਸ਼ਾਪਿੰਗ ਜੜੀਆਂ ਬੂਟੀਆਂ ਹੀ ਲੈਣੀਆਂ ਨੇ ਜਿਹੜੀਆਂ ਸਿਰਫ ਇੰਡੀਅਨ ਗ੍ਰੋਸਰੀ ਸਟੋਰ ਦੇ ਵਿੱਚ ਹੀ ਮਿਲਦੀਆਂ ਸਿਹਤ ਤੇ ਥੋੜਾ ਧਿਆਨ ਰੱਖਣ ਲਈ ਕੋਸ਼ਿਸ਼ ਕਰ ਰਹੇ ਹਾਂ ਮੈਂ ਤਾਂ ਰੱਖਦਾ ਹੀ ਹਾਂ ਇਹ ਚ ਮੈਨੂੰ ਲੱਗ ਰਿਹਾ ਵੈਸੇ ਤਾਂ ਹੈ ਹੀ ਨਹੀਂ ਐਬਸ ਨੇ ਥੱਲੇ ਤੋਂ ਆ ਜਿਹੜੀਆਂ ਇੰਡੀਆ ਦੇ ਵਿੱਚ ਠੰਡੇ ਵਾਲੀਆਂ ਬੋਤਲਾਂ ਹੁੰਦੀਆਂ ਸੀਗੀਆਂ ਜੀ ਜਮਾਂ ਉਦਾਂ ਦੀਆਂ ਪਈਆਂ ਨੇ ਫੈਂਟਾ ਥੰਬਸ ਅਪ ਲਿਮਕਾ ਤੇ ਸਟੋਰ ਦਾ ਜੀ ਨਾਮ ਹੈਗਾ ਪੰਜਾਬ ਗ੍ਰੋਸਰਸ ਐਡਰੈਸ ਮੈਂ ਸਕਰੀਨ ਤੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਉਰੇ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਅਨੋਖੀਆਂ ਚੀਜ਼ਾਂ ਜਿਵੇਂ ਇੱਕ ਹੋਰ ਗੱਲ ਆ ਉਰੇ ਅਲੱਗ ਇੰਡੀਆ ਦੇ ਵਿੱਚ ਇਹ ਬੋਤਲਾਂ ਮੋੜ ਕੇ ਆਉਣੀਆਂ ਪੈਂਦੀਆਂ ਸੀਗੀਆਂ ਦੁਕਾਨ ਤੇ ਪੂਰੇ ਮੋੜਨ ਦੀ ਲੋੜ ਨਹੀਂ ਹੈਗੀ ਉਰੇ ਤੁਸੀਂ ਘਰੀ ਰੱਖ ਸਕਦੇ ਹੋ ਸਹੀ ਗੱਲ ਹੈ ਤੇ ਜੀ ਕੈਨੇਡਾ ਦਾ ਸਭ ਤੋਂ ਮਸ਼ਹੂਰ ਸ਼ੇਰ ਆਟਾ ਇਹਦੇ ਉੱਤੇ ਵੀ ਡੀਲ ਲੱਗੀ ਹੋਈ ਆ 14.99 ਦਾ ਲੱਗਿਆ ਹੋਇਆ ਤੇ ਜਿਹੜੀ ਚੀਜ਼ ਮੈਨੂੰ ਮਿਲੀ ਆ ਉਹ ਆ ਵਧੀਆ ਲੱਗੀ ਮੈਨੂੰ ਇਹਦੀ ਵੱਡੀ ਪੈਕਿੰਗ ਵੀ ਸੀ ਪਹਿਲਾਂ ਛੋਟੀ ਲੈ ਕੇ ਜਾਂਦੇ ਆ ਇਹ ਨਿਹਾਰ ਮਸਟਰਡ ਆਇਲ ਆ ਸਰੋਂ ਦਾ ਤੇਲ ਆ ਇਹ ਤੇ ਉਹ ਵਰਤ ਕੇ ਉਹਨਾਂ ਨੂੰ ਘਰਦਿਆਂ ਨੂੰ ਇੰਡੀਆ ਤੋਂ ਆਇਆ ਕਰਕੇ ਸਰੋਂ ਦੇ ਤੇਲ ਨੂੰ ਮਿਸ ਕਰਦੇ ਸੀਗੇ ਇਹਦੇ ਉੱਤੇ ਵੀ ਡੀਲ ਲੱਗੀ ਹੋਈ ਸੀ 4.99 ਦਾ ਲੱਗਿਆ ਹੋਇਆ ਸੀ ਇਹ ਵਧੀਆ ਡੀਲ ਆ ਤੇ ਜਿਹੜੀਆਂ ਆਪਣੀਆਂ ਇੰਡੀਆ ਵਾਲੀਆਂ ਜੀ ਕੱਪੜੇ ਸਿਉਣੇ ਵਾਲੀਆਂ ਮਸ਼ੀਨਾਂ ਹੁੰਦੀਆਂ ਨੇ ਊਸ਼ਾ ਹੋ ਗਈ ਸਿਟੀਜ਼ਨ ਹੋ ਗਈ ਉਹ ਹੱਥ ਨਾਲ ਘੁਮਾਉਣੇ ਵਾਲੀਆਂ ਮੰਮੀ ਜਿਹੜੀ ਚਲਾਉਂਦੇ ਹੁੰਦੇ ਸੀ ਉਹ ਵੀ ਇੱਥੇ ਤੁਹਾਨੂੰ ਅਵੇਲੇਬਲ ਨੇ ਤੇ ਬਹੁਤ ਵਧੀਆ ਰੇਟ ਤੇ ਮਿਲ ਜਾਂਦੀਆਂ ਨੇ $150 ਦੀ ਲੱਗੀ ਹੋਈ ਆ ਤੇ ਨਾਲ ਹੀ ਹੈਗੀਆਂ ਨੇ ਜੇ ਤੁਸੀਂ ਪੈਰਾਂ ਵਾਲੀ ਲੈਣੀ ਆ ਕਿਉਂਕਿ ਜਿਹਨੇ ਪੈਰਾਂ ਹੱਥ ਵਾਲੀ ਚਲਾਈ ਉਹਨੂੰ ਫਿਰ ਪੈਰਾਂ ਵਾਲੀ ਚਲਾਉਣੀ ਔਖੀ ਲੱਗਦੀ ਉਹ ਗੇੜਾ ਹੀ ਦਿੰਦੇ ਨੇ ਫਿਰ ਜ਼ਿਆਦਾਤਰ ਸੋ ਉਹ ਵੀ ਚੀਜ਼ ਉਰੇ ਮਿਲ ਜਾਂਦੀ ਆ ਇੰਡੀਆ ਵਾਲਾ ਸਮਾਨ ਜਿਹੜਾ ਹੈਗਾ ਉਹ ਇੱਥੇ ਮਤਲਬ ਕਿ ਬਾਹਲਾ ਜ਼ਿਆਦਾ ਆ ਕਿਸੇ ਸਟੋਰ 'ਚ ਨਹੀਂ ਮੈਂ ਇੰਨਾ ਸਮਾਨ ਦੇਖਿਆ ਜਿਹੜਾ ਇੰਡੀਆ ਵਾਲੀਆਂ ਦੇਸੀ ਚੀਜ਼ਾਂ ਮਿਲਦੀਆਂ ਊਸ਼ਾ ਦੀ ਮਸ਼ੀਨ ਵੀ ਹੈਗੀ ਇਹਨਾਂ ਕੋਲੇ ਸਿਟੀਜ਼ਨ ਵਾਲੀ ਵੀ ਹੈਗੀ ਆ ਤੇ ਆਟੇ ਤੁਸੀਂ ਦੇਖ ਸਕਦੇ ਹੋ ਆਸ਼ੀਰਵਾਦ ਵੀ ਹੈਗਾ ਮਲਟੀ ਗ੍ਰੇਨ ਸ਼ੇਰ ਆਟਾ ਜਿਹੜਾ ਮਰਜ਼ੀ ਲਾਓ ਜਿਵੇਂ ਮਲਟੀ ਗ੍ਰੇਨ ਆਟਾ ਇਹਨੂੰ ਮਲਟੀ ਟੂਲ ਕਹਿੰਦੇ ਨੇ ਅੱਛਾ ਇਹ 6 ਤਰ੍ਹਾਂ ਦੇ ਕੰਮ ਕਰਦਾ ਵਾ ਇੱਕ ਤਾਂ ਇਹ ਮਡਿੰਗ ਵੀ ਕਰ ਦਿੰਦਾ ਆਹ ਵਿੱਚੋਂ ਕੁਝ ਲਾਉਣਾ ਉਹ ਵੀ ਕਰ ਦਿੰਦਾ ਵਾ ਆਹ ਜਿਹੜਾ ਰੋਲਰ ਹੁੰਦਾ ਉਹਨੂੰ ਐਂ ਸਾਫ਼ ਕਰ ਦਿੰਦਾ ਵਾ ਤੇ ਪਿੱਛੋਂ ਇਹਦੇ ਨਾਲ ਜੇ ਤੁਸੀਂ ਠੋਕਣਾ ਉਹ ਵੀ ਹੋ ਜਾਂਦਾ 6 ਤਰ੍ਹਾਂ ਦੇ ਕੰਮ ਕਰਦਾ ਬਹੁਤ ਵਧੀਆ ਟੂਲ ਹੈ ਘੈਂਟ ਗੱਲ ਕੀ ਆ ਵੀ ਰਵੀ ਨੂੰ ਕੰਮ ਪਤਾ ਸਾਰੇ ਕੀ ਕਰਦਾ ਰਵੀ ਤੋਂ ਕੀ ਕੰਮ ਕਰਦਾ ਉਹ ਨਹੀਂ ਦੱਸਦਾ ਰਵੀ ਨੂੰ ਸਾਰੇ ਕੰਮ ਪਤਾ ਨੇ ਤੇ ਆ ਹੈਗਾ ਆਪਣੇ ਰਾਜਦੀਪ ਵਾਲਾ ਆਟਾ ਅੱਛਾ ਜਿਹੜਾ ਗਲੂਟਨ ਫ੍ਰੀ ਹੁੰਦਾ ਓਕੇ ਉਹ ਇਹਦੇ ਵਿੱਚ ਕਣਕ ਹੈਗੀ ਆ ਪਰ ਥੋੜੀ ਆ ਉਹ ਠੀਕ ਆ ਇਹ ਤੋਂ ਬਿਨਾਂ ਇਹਦੇ ਵਿੱਚ ਉਹ ਕੀ ਕਹਿੰਦੇ ਹੁੰਦੇ ਨੇ ਹੀਲੀਅਮ ਹਸਕ ਸੀਲੀਅਮ ਹਸਕ ਇਸ ਬਗੋਲ ਹੁੰਦਾ ਪੀ ਤਾਂ ਸ਼ੁਰੂ ਆ ਹਾਂ ਓਟ ਚਨਾ ਸੋਇਆ ਸੋ ਇਹ ਨੇ ਤੇ ਇੱਧਰ ਵੀ ਕਾਫੀ ਤਰ੍ਹਾਂ ਦੀਆਂ ਮਿਲਟਸ ਪਈਆਂ ਨੇ ਤੇ ਮੈਂ ਤੁਹਾਨੂੰ ਦਿਖਾਉਣਾ ਜੀ ਕਈ ਜਣਿਆਂ ਨੂੰ ਕੁੱਕਰ ਨਹੀਂ ਮਿਲਦੇ ਹੁੰਦੇ ਕੁੱਕਰ ਦੇਖੋ ਤੁਸੀਂ ਹੌਕਿੰਸ ਪ੍ਰੈਸਟੀਜ ਤੇ ਹੋਰ ਬਹੁਤ ਕੰਪਨੀਆਂ ਦੇ ਕੁੱਕਰ ਪਏ ਨੇ ਖਾਸਾ ਸਾਰਾ ਇੰਡੀਆ ਦਾ ਸਮਾਨ ਪਿਆ ਬੇਸਿਕਲੀ ਹਾਂ ਆਹ ਵੀ ਇੱਕ ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਚੱਲਦੇ ਨੇ ਹੈਲਦੀ ਸਨੈਕਸ ਅੱਛਾ ਇਹ ਫੁੱਲ ਮਖਾਣੇ ਵਾਲੇ ਨੇ ਹਾਂ ਇਹਨਾਂ ਨੂੰ ਕੋਈ ਵੀ ਤੁਸੀਂ ਆਪਣਾ ਮਸਾਲਾ ਘਰੇ ਵੀ ਬਣਾ ਸਕਦੇ ਹੋ ਘਰੇ ਨਹੀਂ ਇੰਨਾ ਐਫਰਟ ਲਾ ਸਕਦੇ ਇੱਕ ਰੱਖ ਲਾ ਯਾਰ ਮੈਂ ਟਰਾਈ ਕਰਨੇ ਆ ਰਿੱਕੀ ਦੇ ਆਇਆ ਸੀਗਾ ਇੱਕ ਵਾਰ ਤੇ ਆ ਚੀਜ਼ ਅਸੀਂ ਪਿਛਲੀ ਵਾਰ ਵੀ ਲੈ ਕੇ ਗਏ ਸੀਗੇ ਇਹ ਮੈਨੂੰ ਵਧੀਆ ਲੱਗਦਾ ਪਿਛਲੀ ਵਾਰ ਇਹ ਦੂਜੇ 'ਚ ਸੀਗੇ ਵੀ ਝੂਠ ਬੋਲਦਾ ਪਰ ਕੱਲ੍ਹ ਹੀ ਮੈਂ ਵੀਡੀਓ ਦੇਖਿਆ ਇਹਦੇ ਉੱਤੇ ਵੀ ਇਹ ਵਰਦਾਨ ਆ ਖਾਣੇ ਛੋੜ ਦੇ ਵੀ ਇਹਨਾਂ ਦੇ ਵਿੱਚ ਆਹ ਹੁੰਦਾ ਆਹ ਹੁੰਦਾ ਹਰੇ ਪਾਸੇ ਵਧੀਆ ਨੇ ਵੈਜੀ ਇਹ ਵੀ ਰੱਖ ਲਾ ਵਧੀਆ ਚੀਜ਼ ਮੈਂ ਚਾਹੀਦੀ ਆ ਅੱਛਾ ਮੇਰੇ ਕੋਲ ਆ ਦੋਨੇ ਤਰੀਕੇ ਦੀ ਪੈਕਿੰਗ ਪਈ ਆ
ਲਾਲ ਜਵਾਨ ਆ ਚੂਰਨ ਜਿਹੇ ਅਤੇ ਬਹੁਤ ਹੀ ਘੱਟ ਪ੍ਰਾਈਸਿਸ 'ਤੇ ਪਈਆਂ ਸੀਗੀਆਂ। ਜਦੋਂ ਆਪਾਂ ਔਨਲਾਈਨ ਬਾਏ ਕਰਦੇ ਹਾਂ ਤਾਂ ਉਹ ਮਹਿੰਗੀਆਂ ਨੇ, ਜੇ ਆਪਾਂ ਸਿੱਧਾ ਇੱਦਾਂ ਸਟੋਰ ਤੋਂ ਲੈ ਲਈਆਂ ਚਾਂਦ ਸਿਤਾਰੇ ਪਏ ਨੇ, ਆ ਟਿਊਬਾਂ ਜੀਆਂ ਪਈਆਂ, ਕਾਲਾ ਜਾਦੂ ਹੈ ਨਾ, ਜਿਹਨਾਂ ਸੋ ਮੈਰੀ ਨੇਮਸ ਮੈਂ ਘੱਟ ਖਾਧੀਆਂ ਨੇ ਤਾਂ ਮੈਨੂੰ ਇਹਨਾਂ ਦਾ ਘੱਟ ਪਤਾ ਵਾ, ਪਰ ਕਾਫੀ ਤਰੀਕੇ ਦੀਆਂ ਇਹਨਾਂ ਕੋਲ ਪਈਆਂ ਸੀਗੀਆਂ। ਮੈਂ ਨਹੀਂ ਹੁਣ ਕੈਂਡੀਆਂ ਦੇਖ ਕੇ ਐਕਸਾਈਟਡ ਹੋ ਗਿਆ, ਇਹਦੀਆਂ ਜਿਹੜੀਆਂ ਕੈਂਡੀਆਂ ਨੇ, ਮੈਂ ਕਿਹਾ ਤੂੰ ਯਾਰ ਕੀ ਕਰੀ ਜਾਂਦਾ, ਫਟਾਫਟ ਗਰੋਸਰੀ ਕਰ। ਬਹੁਤ ਪਈਆਂ ਨੇ ਜਿਹੜੀਆਂ ਪੁਰਾਣੀਆਂ ਭਈਆ, ਮੈਲਡੀ ਇਤਨੀ ਚੌਕਲੇਟ ਕਲੇਅਰਸ ਪਈਆਂ ਨੇ, ਸਾਰੀਆਂ ਮੈਂਗੋ ਵਾਈਟ ਪਈਆਂ ਨੇ। ਫਲੇਵਰ ਵਾਲੇ ਆਪਾਂ ਤੁਹਾਨੂੰ ਪਹਿਲਾਂ ਦਿਖਾਤੇ ਸੀਗੇ ਜੀ, ਆਹ ਪਏ ਨੇ ਪਲੇਨ ਫੁੱਲ ਮਖਾਣੇ। ਇਸ ਤੋਂ ਇਲਾਵਾ ਯੂਪੀ ਉੱਤੇ ਡੀਲ ਚੱਲਦੀ ਸੀਗੀ, $1 ਦੀਆਂ 3 ਯੂਪੀਸ। ਤੁਸੀਂ ਬਾਕੀ ਕਹਿੰਦੇ ਰਹੇ ਸੀ ਵੀ ਮਾਮਾਅਰਥ ਦੇ ਪ੍ਰੋਡਕਟ ਕਿੱਥੋਂ ਲੈਣਾ, ਆਹ ਚੱਕੋ ਉਰੇ ਮਾਮਾਅਰਥ ਦੇ ਪ੍ਰੋਡਕਟ ਪਏ ਨੇ, ਪਰ ਮੈਂ ਤਾਂ ਵੈਸੇ ਇੰਡੀਆ ਤੋਂ ਮੰਗਾਉਂਦਾ ਹੁੰਦਾ ਸੀਗਾ। ਬਾਕੀ ਉਰੇ ਹੋਰ ਕੈਂਡੀਜ਼ ਪਈਆਂ ਨੇ ਜੀ ਇੰਡੀਆ ਵਾਲੀਆਂ, ਜਿੱਦਾਂ ਇੰਡੀਆ ਦੇ ਵਿੱਚ ਛੋਟੇ ਹੁੰਦੇ ਅਸੀਂ ਇਮਲੀ ਵਾਲੇ ਗੋਲੇ ਖਾਂਦੇ ਹੁੰਦੇ ਸੀਗੇ, ਪਰ ਉਰੇ ਇਮਲੀ ਵਾਲੇ ਲੱਡੂ ਪਏ ਸੀ, ਪਰ ਇਹ ਜ਼ਿਆਦਾ ਛੋਟਾ ਸਾਈਜ਼ ਸੀਗਾ। ਮੈਂ ਇੱਦਾਂ ਤਾਂ ਗੱਲ ਕਰ ਰਿਹਾ ਵਾ ਜੀ ਕਿਉਂਕਿ ਨਾ ਮੇਰਾ ਮਾਈਕ ਤੁਸੀਂ ਦੇਖ ਸਕਦੇ ਹੋ ਉਹ ਸਹੀ ਨਹੀਂ ਲੱਗਿਆ ਹੋਇਆ, ਤੁਸੀਂ ਪਿੱਛੇ ਵੀ ਨੋਟਿਸ ਕੀਤਾ ਹੋਣਾ, ਆਵਾਜ਼ ਜੀ ਥੋੜ੍ਹੀ ਜਿਹੀ ਨਾ ਕੱਟ ਕੱਟ ਕੇ ਆਉਣ ਲੱਗ ਗਈ ਸੀਗੀ। ਔਰਗੈਨਿਕ 8 pound ਦੇ ਸ਼ੂਗਰ ਦੇ ਪੈਕਟ 'ਤੇ ਵੀ ਡੀਲ ਲੱਗੀ ਹੋਈ ਸੀਗੀ ਜੀ, ਇਹ 799 ਦਾ ਲੱਗਿਆ ਹੋਇਆ ਸੀਗਾ। ਅਤੇ ਇੱਕ ਆ ਤੰਦੂਰ ਪਿਆ ਵਾ, ਇਹਦਾ ਹਾਲੇ ਸੀਜ਼ਨ ਨਹੀਂ ਹੈਗਾ, ਪਰ ਮੇਰੀ ਇਹਦੇ ਉੱਤੇ ਅੱਖ ਆ, ਇਹ ਕੋਲਿਆਂ ਵਾਲਾ ਵਾ। ਅੱਛਾ, ਹਾਂ ਜੇ ਮੈਕ ਮੂਕ ਆ ਇੰਡੀਆ ਤੋਂ ਫਿਰ ਦੇਖਾਂ। ਮਿੱਟੀ ਲੱਗੀ ਹੈ ਇਹਦੇ ਵਿੱਚ? ਹਾਂ ਮਿੱਟੀ ਲੱਗੀ ਹੋਈ ਆ। ਅਤੇ ਬਾਈ ਉਹਨਾਂ ਕੋਲ ਜੀ ਸਾਰੇ ਡਰਾਈ ਫਰੂਟਸ ਪਏ ਨੇ, ਇਹ ਸਾਰੇ ਕਿਤੇ ਪਏ ਹੁੰਦੇ ਆ, ਫਰੈਸ਼ ਪ੍ਰੋਡਿਊਸ ਪਿਆ ਵਾ ਇੱਧਰ, ਇਹ ਤੁਹਾਨੂੰ ਸਾਰੇ ਕਿਤੇ ਮਿਲ ਜਾਂਦਾ ਵਾ। ਪਰ ਅਸੀਂ ਉਰੇ ਕੁਛ ਸਪੈਸ਼ਲ ਚੀਜ਼ਾਂ ਲੈਣ ਆਏ ਹਾਂ, ਜਿੱਦਾਂ ਕਿ ਕੁਛ ਜੜੀ ਬੂਟੀਆਂ, ਕਿਉਂਕਿ ਮੈਂ ਅਤੇ ਰਵੀ ਅੱਜ ਕੱਲ੍ਹ ਥੋੜ੍ਹੇ ਹੈਲਥ ਕੋਨਸ਼ੀਅਸ ਹੋਏ ਹੋਏ ਹਾਂ, ਤਾਂ ਅਸੀਂ ਕਿਹਾ ਵੀ ਯਾਰ ਕੁਛ ਆਪਾਂ ਹੈਲਦੀ ਚੀਜ਼ਾਂ ਚੱਕ ਕੇ ਜਾਂਦੇ ਹਾਂ, ਅਤੇ ਉਹ ਆਏ 'ਚ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੰਨੀਆਂ ਘੈਂਟ ਘੈਂਟ, ਮਤਲਬ ਉਹ ਆਮ ਮਿਲਣੀ ਨਹੀਂ ਹੈਗੀ, ਉਹ ਇਹੀ ਸਟੋਰ 'ਤੇ ਪਈਆਂ ਨੇ। ਆ ਗਈ ਜੀ ਹੁਣ ਆਪਣੀ ਆਈ ਲੂਰੋਂ ਸ਼ੁਰੂ ਹੋ ਜਾਂਦੀ ਆ, ਇਹ ਐਂਡ ਤੱਕ ਚੱਲਦੀ ਆ। ਸਭ ਤੋਂ ਪਹਿਲਾਂ ਤਾਂ ਆ ਗਿਆ ਤ੍ਰਿਫਲਾ ਪਾਊਡਰ, ਇਹ ਮੈਂ ਵੀ ਖਾਧਾ, ਬਹੁਤ ਰਵੀ ਨੇ ਵੀ ਖਾਧਾ, ਬਹੁਤ ਨਹੀਂ ਥੋੜ੍ਹਾ ਉਹਦਾ ਖਾਧਾ। ਇਹਦੇ ਵਿੱਚ ਪਤਾ ਹੀ ਆ ਆਮਲਾ, ਹਰੜ ਅਤੇ ਬਹੇੜੇ ਹੁੰਦੇ ਨੇ, ਤਿੰਨੇ ਵਧੀਆ ਚੀਜ਼ਾਂ ਹੁੰਦੀਆਂ ਨੇ। ਹਰਨ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਆਯੁਰਵੇਦ ਦੇ ਵਿੱਚ, ਵੀ ਮਾਂ ਮੂੰਗ ਜਿਵੇਂ ਮਾਂ ਖਿਆਲ ਰੱਖਦੀ ਆ, ਮੈਂ ਥੋੜ੍ਹੀ ਸਿਹਤ ਦਾ ਖਿਆਲ ਰੱਖਦੀ ਹਾਂ। ਸੋ ਜਿਹੜੇ ਤੁਸੀਂ ਆਪ ਵੀ ਬਣਾ ਸਕਦੇ ਹੋ, ਆਮਲਾ ਪਾਊਡਰ ਪਿਆ ਵਾ, ਪਰ ਆਪਾਂ ਤ੍ਰਿਫਲਾ ਹੀ ਲੈ ਲੈਂਦੇ ਹਾਂ, ਅਤੇ ਉਹ ਬਿਨਾਂ ਉਰੇ ਆਹ ਵੈਸੇ ਮੈਂ ਹੁਣ ਪਹਿਲਾਂ ਇੱਕ ਮੇਰੇ ਵਾਸਤੇ ਵੀ ਚੱਕ ਲਓ ਤ੍ਰਿਫਲਾ ਪਾਊਡਰ ਵਰਤਦਾ ਹੁੰਦਾ ਸੀਗਾ, ਪਰ ਜਦੋਂ ਮੈਂ ਕ੍ਰਸ਼ਰ ਜਿਹਾ ਲਿਆਉਂਦਾ ਤਾਂ ਮੈਂ ਸਾਬਤੀਆਂ ਕਾਲੀਆਂ ਮਿਰਚਾਂ ਲੈ ਕੇ ਜਾਂਦਾ, ਮੇਰੇ ਕੋਲ ਪਈਆਂ ਨੇ ਘਰੇ, ਦੋ ਆਪਣੇ ਤ੍ਰਿਫਲੇ ਹੋ ਗਏ। ਅਜਵਾਇਣ ਪਈ ਆ ਤੁਹਾਡੇ? ਵਾਧੂ ਪਈ ਆ ਸਾਡੇ ਵੀ ਪਈ ਆ। ਆਹ ਵੀ ਚੀਜ਼ ਮੈਂ ਪਹਿਲੀ ਵਾਰ ਦੇਖੀ ਆ, ਬਲੈਕ ਸਾਲਟ ਹੋਲ, ਸੋ ਜਿਵੇਂ ਪੱਥਰ ਹੀ ਆ ਇੱਕ ਤਰ੍ਹਾਂ ਨਾਲ, ਇਹ ਐਂ ਟੁੱਟਦਾ ਉਹਨਾਂ 'ਚ ਪੱਥਰ ਜਿਵੇਂ ਤੋੜਦੇ ਆ। ਹਾਂ ਇਹ ਆਪਾਂ ਇਸ ਲਈ ਪਤਾ ਨਹੀਂ ਕਿਵੇਂ ਵਰਤੇ ਜਾਣਾ। ਆਹ ਵੀ ਨਵੀਆਂ ਚੀਜ਼ਾਂ ਦੇਖੀਆਂ ਨੇ ਯਾਰ, ਸੁਹਾਗਾ ਸਾਬੂਤ ਅਤੇ ਨਸ਼ਾਦਰਾ ਪੂਰੇ ਵਾਲੀਆਂ ਅਲੱਗ ਅਲੱਗ, ਮੈਂ ਤਾਂ ਕਹਿ ਸੁਣਿਆ ਵੀ ਆਹ ਚੀਜ਼ ਯਾਰ ਆਪਾਂ ਸੁੱਟ ਦਿੰਦੇ ਹੁਣ ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਕੀ ਸਾਰੀ ਆਪਾਂ ਜਿੱਥੇ ਕੀ ਹੈ, ਇਹ ਹੈਗੇ ਨੇ ਜਾਮਣ ਦੇ ਜਿਹੜੇ ਬੀ ਹੁੰਦੇ ਨੇ ਗਿੱਟਕ, ਗਿੱਟਕ, ਅਤੇ ਮੈਨੂੰ ਪਤਾ ਲੱਗਿਆ ਸੀ ਠਾਕੁਰ ਸਿੰਘ ਤੋਂ, ਠਾਕੁਰ ਸਿੰਘ ਦੇ ਦਾਦਾ ਜੀ ਉਹ ਡਾਕਟਰ ਪਤਾ ਨਹੀਂ ਆਯੁਰਵੇਦ ਕੁਛ ਕਰਦੇ ਹੁੰਦੇ ਸੀ, ਉਹ ਕਹਿੰਦਾ ਹੁੰਦਾ ਸੀ ਵੀ ਇਹਨਾਂ ਦੀ ਉਹ ਦਵਾਈ ਬਣਾਉਂਦੇ ਹੁੰਦੇ ਸੀ ਸੁਕਾ ਕੇ ਸ਼ੂਗਰ ਵਾਸਤੇ ਹੁੰਦੀ ਆ। ਹਾਂ ਜਾਮਣ ਵੈਸੇ ਵੀ ਇਨ ਜਨਰਲ ਸ਼ੂਗਰ ਵਾਸਤੇ, ਡਾਇਬੀਟੀਜ਼ ਵਾਲੇ ਪੇਸ਼ੈਂਟ ਵਾਸਤੇ। ਆਹ ਹੈਗਾ ਪਨੀਰ ਡੋਡੀ, ਇਹ ਵੀ ਕਾਫੀ ਅੱਜ ਕੱਲ੍ਹ ਛਾਇਆ ਪਿਆ, ਇਹ ਕੁਛ ਟ੍ਰੈਂਡਿੰਗ ਵਾਲੀਆਂ ਚੀਜ਼ਾਂ ਨੇ। ਹਾਂ ਤੇਰੇ ਵੀ ਜਿਹੜਾ ਹਿਮਾਲੀਅਨ ਸਾਲਟ, ਹਾਂ ਇਹ ਪਾਕਿਸਤਾਨ 'ਚ ਜ਼ਿਆਦਾ ਪਹਾੜ ਨੇ ਉੱਥੋਂ ਤੋੜਦੇ ਹੋ, ਪਹਿਲਾਂ ਇੰਡੀਆ ਵਾਲਿਆਂ ਨੂੰ ਦਿੰਦੇ ਹੁੰਦੇ ਸੀ, ਇੰਡੀਆ ਵਾਲੇ ਸਾਰੀ ਦੁਨੀਆ 'ਚ ਸਾਰੀ ਦੁਨੀਆ 'ਚ ਭੇਜਦੇ ਸੀ ਪ੍ਰੋਫਿਟ ਮਾਰਜਨ, ਫਿਰ ਪਾਕਿਸਤਾਨ ਨੇ ਸੋਚਿਆ ਵੀ ਅਸੀਂ ਇੰਡੀਆ ਨੂੰ ਕਾਹਤੇ ਵੇਚੀ ਜਾ ਰਹੇ ਹਾਂ। ਹੁਣ ਉਹ ਆਪ ਹੁਣ ਵੀ ਵੈਸੇ ਬਹੁਤ ਇੰਡੀਆ ਤੋਂ ਹੀ ਆਉਂਦਾ ਵਾ ਪ੍ਰੋਸੈਸ ਹੋ ਕੇ ਸਾਰਾ। ਆਹ ਕੋਈ ਧਾਨ ਨਹੀਂ ਖਾਊਗਾ, ਕਰੇਲੇ ਸੁੱਕੇ ਹੋਏ, ਇਹ ਵੀ ਮੈਂ ਪਹਿਲੀ ਵਾਰ। ਪਰ ਹੁਣ ਪਾਕਿਸਤਾਨ ਨੇ ਵੀ ਯਾਨੀ ਐਕਸਪੋਰਟ ਕਰਨਾ ਸ਼ੁਰੂ ਕਰਤਾ, ਤੂੰ ਮੇਰੀ ਗੱਲ ਵਿੱਚੇ ਕੱਟਤੀ ਯਾਰ। ਆਹੀ ਗੱਲ, ਕਾਫੀ ਤਰ੍ਹਾਂ ਦੀਆਂ ਸ਼ਤਾਵਰ, ਚਾਸਕੂ, ਚਿਰਾਟਾ, ਲੋਟਾ, ਇਹ ਜਿਹੜਾ ਅੱਜ ਕੱਲ ਹੋਰ ਬਹੁਤ ਲੋਕੀ ਧਿਆਨ ਰੱਖਦੇ, ਅੱਜ ਕੱਲ ਨਹੀਂ ਆ ਪਿਆ, ਇਹ ਹੈਗਾ ਵਾ ਅਸ਼ਵਗੰਧਾ ਹੋਲ, ਗੰਧਾ ਨਹੀਂ ਗੰਧਾ ਕੀ ਹੁੰਦਾ, ਅਸ਼ਵਗੰਧਾ, ਇਹਨੂੰ ਰੱਖ ਲਿਆ ਯਾਰ, ਇਹਦਾ ਦੇਖਾਂਗੇ ਕੀ ਸਿਸਟਮ ਆ। ਆਹ ਪੱਖੜ, ਇਹ ਆਪਣੇ ਇੰਡੀਆ ਦੇ ਵਿੱਚ ਕੱਪੜਿਆਂ ਨੂੰ ਲੱਗ ਜਾਂਦਾ ਹੁੰਦਾ ਵਾ, ਜਿਹੜੇ ਗਰੋਸਰੀ ਸਟੋਰ ਵਾਲੇ ਇਹਨਾਂ ਦਾ ਪਿੱਛੋਂ ਆਹੀ ਵਾਲਾ ਇਹਨਾਂ ਦਾ ਕੋਈ ਕੰਮ ਸੀਗਾ, ਕੋਈ ਜੜੀਆਂ ਬੂਟੀਆਂ ਵਾਲਾ, ਇਹਨਾਂ ਨੂੰ ਜ਼ਿਆਦਾ ਨੌਲੇਜ ਆ। ਇਹ ਕਹਿੰਦੇ ਹਲੇ ਤਾਂ ਵੀ ਸ਼ੁਰੂਆਤ, ਹਲੇ ਦੇਖਿਓ ਅੱਗੇ ਅੱਗੇ ਕਹਿੰਦੇ ਅਸੀਂ ਸਾਰੀਆਂ ਲਿਆਉਣੀਆਂ ਨੇ ਜਿਹੜੀਆਂ ਇੱਥੇ ਨਹੀਂ ਮਿਲਦੀਆਂ। ਨਹੀਂ ਉਰੇ ਯਾਰ ਆਹ ਨਹੀਂ, ਮੈਂ ਇੰਨੀਆਂ ਨਹੀਂ ਦੇਖੀਆਂ ਰਵੀ ਕਿਤੇ ਵੀ। ਲੋਧ ਸਾਬੂਤ, ਆਮਚੂਰ ਹੋਲ, ਇੱਕ ਤਾਂ ਨਾ ਹੋਲ ਵੀ ਆ ਅਤੇ ਪਾਊਡਰ ਫਾਰਮ ਦੇ ਵਿੱਚ ਵੀ ਨੇ ਚੀਜ਼ਾਂ, ਤੁਸੀਂ ਜਿੱਦਾਂ ਮਰਜ਼ੀ ਵਰਤ ਸਕਦੇ ਹੋ ਆਪਣੀਆਂ। ਕਮਰਕਸ, ਪੰਜੀਰੀ, ਪੰਜੀਰੀ ਵਾਲਾ ਸਮਾਨ ਤਾਂ ਅੱਗੇ ਇੰਡੀਆ ਦਾ ਮੰਗਾਉਣਾ ਪੈਂਦਾ ਸੀ, ਹੁਣ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ। ਦਿਖਾਈ ਰਹਾ ਵੀ ਕਮਰਕਸ ਦੋਨੇ ਹੋਏ, ਉਹ ਵੀ ਦੋਨੇ ਪਈਆਂ ਨੇ, ਕਿਤਾਬ ਇੱਕ ਆਹ ਕਮਰਕਸ ਆਪਣੀ, ਇੱਕ ਆਪਾਂ ਹੋਰ ਦੇਖਿਆ ਸੀਗਾ ਕਿਤੇ, ਇੱਕ ਆਹ ਵਾ, ਦੋਨੇ
ਨਿੰਬੂ ਦਾ ਸੱਤ ਸਿਟ੍ਰਿਕ ਪਾਊਡਰ ਜਿਹਾ ਹੁੰਦਾ ਜਿਹੜਾ ਸਿਟ੍ਰਿਕ ਐਸਿਡ ਆਹ ਲੈਣੇ ਆ ਯਾਰ ਬਲੈਕ ਸੈਸਮੀ ਸੀਡ ਨਹੀਂ ਕਦੇ ਖਾਧੇ ਇਹ ਕੀ ਹੁੰਦੇ ਆ ਤੇ ਕਾਲੇ ਤਿਲ ਚਿੱਟੇ ਤਾਂ ਹੈਗੇ ਆ ਲੈਣੇ ਕਿਤੇ ਹਾਈ ਤਾਂ ਨਹੀਂ ਕਰਦੇ ਹੈਗੇ ਮੁਲਤਾਨੀ ਮਿੱਟੀ ਵੀ ਦੋ ਤਰੀਕੇ ਨਾਲ ਮਿਲਦੀ ਆ ਹੋਲ ਵੀ ਮਿਲਦੀ ਆ ਕਿਉਂਕਿ ਮੈਂ ਵਰਤਦੀ ਆ ਮੁਲਤਾਨੀ ਮਿੱਟੀ ਮੈਂ ਨੀ ਵਰਤਦਾ ਹੈਗਾ ਕਹਿੰਦੇ ਵੀ ਡਰਾਈ ਇਹ ਵੀ ਦੇਖੋ ਹੋਲ ਚ ਤੇ ਪਾਊਡਰ ਫਾਰਮ ਦੇ ਵਿੱਚ ਇਹਦਾ ਵੀ ਰੱਖ ਲੈਂਦਾ ਵਰਤ ਲਾ ਯਾਰ ਪਾਊਡਰ ਰੱਖ ਲਾ ਵਰਤ ਲਾ ਲੋੜ ਤਾਂ ਖੈਰ ਮੈਨੂੰ ਵੀ ਨੀ ਮੈਨੂੰ ਆਇਆ ਮੈਂ ਮੁਲਤਾਨੀ ਮਿੱਟੀ ਨੂੰ ਚਿੱਟਾ ਕਰ ਦਿੰਦਾ ਦੇਖ ਲਾ ਕਿਤੇ ਤਾਂ ਕੀ ਦੇਖਾ ਪਾਈਪਾਂ ਨਾ ਜਾਮ ਕਰਦੇ ਦਰਖਤ ਵਾਧੂ ਖੜੇ ਨੇ ਉੱਥੇ ਯਾਰ ਕੜੀ ਪੱਤੇ ਦੇ ਕਿੰਨੇ ਫਾਇਦੇ ਨੇ ਉਰੇ ਕਿੰਨਾ ਮਹਿੰਗਾ ਮਿਲਦਾ ਇੰਡੀਆ ਚ ਆਪਣੇ ਪਿੱਛੇ ਲੱਗਿਆ ਹੁੰਦਾ ਸੀ ਕਈ ਵਾਰ ਤੁਸੀਂ ਆਪ ਬਣਾਓ ਸਾਰੀਆਂ ਇੰਡੀਆ ਦੇ ਵਿੱਚ ਕਿੰਨੀਆਂ ਕਈ ਚੀਜ਼ਾਂ ਕੜੀ ਪੱਤਾ ਹੋ ਗਿਆ ਅਮਰੂਦ ਹੋ ਗਏ ਇਹੀਆਂ ਚੀਜ਼ਾਂ ਨੂੰ ਕੋਈ ਪੁੱਛਦਾ ਨਹੀਂ ਹੈ ਜਾਮਣ ਦੇ ਅੱਟ ਆਪਾਂ ਕਿੰਨੀਆਂ ਜਾਮਣ ਲਾਦੇ ਸੀ ਆਪਣੇ ਆਪਾਂ ਉਹ ਸੁੱਟੀ ਜਾਂਦੇ ਸੀ ਯਾਰ ਤੇ ਲੋਕ ਵਰਤਦੇ ਅਮਰੂਦ ਦੇ ਪੱਤੇ ਸੁਕਾ ਕੇ ਕਹਿੰਦੇ ਉਹ ਕੰਮ ਆਉਂਦੇ ਆ ਮਰਿੰਗਾ ਪਾਊਡਰ ਮੈਂ ਦੇਖਿਆ ਕਾਲਿਆਂ ਦੇ ਜਿਆਦਾ ਕਾਲਿਆਂ ਦੀ ਜਿਆਦਾ ਵੀਡੀਓਜ਼ ਦੇਖੀਆਂ ਨੇ ਮੈਂ ਉਹ ਬੜਾ ਫੋਕਸ ਕਰਦਾ ਰਾਈ ਵੀ ਵਧੀਆ ਸਿਹਤ ਲਈ ਰਾਈ ਬਹੁਤ ਵਧੀਆ ਯਾਰ ਬਹੁਤ ਚੀਜ਼ਾਂ ਨੇ ਰਿਹਾ ਗੁਲਾਬ ਦੇ ਪੱਤੇ ਪਏ ਨੇ ਬਾਬੇ ਆ ਦੇਖੋ ਆ ਯਾਰ ਦੁਨੀਆ ਦੀ ਸਭ ਤੋਂ ਤਕੜੀ ਚੀਜ਼ ਪਈ ਆ ਇਹ ਕੀ ਆ ਗਲੋਬਲ ਹੁੰਦੀ ਹੈ ਜਿਹੜੀ ਇਹ ਵੀ ਕਈ ਬਿਮਾਰੀਆਂ ਦਾ ਇਲਾਜ ਕਰਦੀ ਹੈ ਇਹ ਤਾਂ ਬਾੜੀ ਕੈਂਟ ਚੀਜ਼ ਆ ਬਾਕੀ ਕੜੀ ਪੱਤਾ ਬਹੁਤ ਕੁਛ ਆ ਰੋਜ਼ ਦੇ ਪੈਟਰਨ ਆ ਦੇਖੀ ਜਲਦੀ ਸਿਨੇਮਨ ਸਟਿਕਸ ਤੋਂ ਲੈ ਕੇ ਮੈਂ ਸਭ ਤੋਂ ਸਾਰੀ ਨਹੀਂ ਦਿਖਾ ਸਕਦੇ ਹੈਗੇ ਸਲੇਟੀ ਕੱਢ ਲਈ ਸਲੇਟੀ ਓਏ ਆ ਕਿਹੜਾ ਨਾਟ ਹੁੰਦਾ ਪੂਜਾ ਨਾਟ ਆ ਮੈਂ ਦੱਸੋ ਜੀ ਕੀ ਆ ਇਹ ਹੈਗੀ ਆ ਸਲੇਟੀ ਸਲੇਟੀ ਗਾਣਾ ਵੀ ਆਇਆ ਸੀਗਾ ਇੱਕ ਫੇਮਸ ਸਿੰਗਰ ਦਾ ਬੱਚੇ ਖਾਂਦੇ ਹੁੰਦੇ ਸੀਗੇ ਕੁੜੀਆਂ ਵੀ ਕਈ ਖਾਂਦੀਆਂ ਹੁੰਦੀਆਂ ਨੇ ਬਹੁਤ ਜਾਣਿਆਂ ਦਾ ਲਿਵਰ ਦੇ ਵਿੱਚ ਫੈਟ ਆਉਂਦੀ ਹੈ ਮੈਂ ਵੀ ਇੱਕ ਵਾਰੀ ਬਲੱਡ ਟੈਸਟ ਕਰਾਇਆ ਸੀ ਮੈਨੂੰ ਵੀ ਡਾਕਟਰ ਨੇ ਕਿਹਾ ਸੀ ਵੀ ਤੇਰੇ ਲਿਵਰ ਦੇ ਵਿੱਚ ਫੈਟ ਲੱਗ ਰਹੀ ਹੈ ਫਿਰ ਮੈਂ ਥੋੜਾ ਜਿਹਾ ਆਹ ਕੀਤਾ ਸੀ ਉਸ ਤੋਂ ਬਾਅਦ ਮੈਂ ਟੈਸਟ ਕਰਾਇਆ ਮੈਂ ਇੰਡੀਆ ਸੀਗਾ ਉਦੋਂ ਮੈਂ ਇਹਨੂੰ ਇਹ ਨਹੀਂ ਮੰਮੀ ਜਿਹੜੇ ਅਸਲੀ ਹੁੰਦੇ ਨੇ ਆਲੂ ਬੁਖਾਰੇ ਜੇ ਹੁੰਦੇ ਆ ਉਹਨੂੰ ਅਤੇ ਇਮਲੀ ਨੂੰ ਭਿਉਂ ਕੇ ਰੱਖ ਦਿੰਦੇ ਸੀ ਮੈਂ ਸਵੇਰੇ ਪਾਣੀ ਪੀਂਦਾ ਸੀਗਾ ਅਤੇ ਉਸ ਤੋਂ ਬਾਅਦ ਜਾ ਕੇ ਮੈਂ ਇੱਕ ਮਹੀਨੇ ਬਾਅਦ ਟੈਸਟ ਕਰਾਇਆ ਜਮ੍ਹਾਂ ਕਲੀਨ ਕਰਤਾ ਸੀ ਲਿਵਰ ਫੈਟ ਚੀਜ਼ਾਂ ਤਾਂ ਹੈਗੀਆਂ ਸਵੇਰੇ ਚੀਜ਼ ਮੈਂ ਜ਼ਰੂਰ ਟਰਾਈ ਕਰਿਆ ਇੱਕ ਮੈਂ ਨਾ ਉਦੋਂ ਮੈਂ ਇੱਕ ਇਹ ਸੀਗੇ ਅਤੇ ਨਾਲ ਆਪਣੇ ਇਮਲੀ ਹੋ ਗਈ ਪਲੱਸ ਮੈਂ ਨਾਲ ਖਾਧੀ ਸੀ ਕੁਟਕੀ ਯਾਰ ਇੰਨੀ ਕੌੜੀ ਹੁੰਦੀ ਆ ਤ੍ਰਿਫਲਾ ਉਹਦੇ ਮੂਹਰੇ ਮਿੱਠੀ ਲੱਗਦੀ ਸੀ ਤ੍ਰਿਫਲਾ ਮੈਨੂੰ ਲੱਗਦਾ ਸੀ ਇਹਦਾ ਬਹੁਤ ਸਵਾਦ ਆ ਅਤੇ ਕੁਟਕੀ ਜ਼ਰੂਰ ਖਾ ਕਹਿੰਦੇ ਵੀ ਜਿਹੜੀਆਂ ਚੀਜ਼ਾਂ ਨਾ ਬੰਦੇ ਵਾਸਤੇ ਕੌੜੀਆਂ ਨੇ ਉਹ ਲਿਵਰ ਨੂੰ ਸਵਾਦ ਲੱਗਦੀਆਂ ਨੇ ਰਵੀ ਲਿਵਰ ਉਹਦੇ ਨਾਲ ਪਿਓਰੀਫਾਈ ਹੁੰਦਾ ਡੀਟੌਕਸ ਹੁੰਦਾ ਕੁਟਕੀ ਲੱਭੀ ਫਿਰ ਅੱਜ ਕੱਲ੍ਹ ਤਾਂ ਫਿਰ ਲੋਕਾਂ ਦਾ ਲਿਵਰ ਸਾਫ਼ ਹੋਣਾ ਚਾਹੀਦਾ ਕੁਟਕੀ ਇੰਡੀਆ 'ਚ ਪਈ ਕਿਉਂਕਿ ਸਾਰੇ ਬੰਦੇ ਇੰਨੇ ਕੌੜੇ ਨੇ ਆਹ ਗੱਲ ਅੱਜ ਤਾਂ ਮੈਨੂੰ ਆਹ ਪਤਾ ਲੱਗਿਆ ਵੀ ਇਹਨੂੰ ਇੰਗਲਿਸ਼ 'ਚ ਆਹ ਕਹਿੰਦੇ ਨੇ ਮਲੱਠੀ ਨੂੰ ਅੱਜ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਸਟੋਰ ਵਾਲੇ ਹੋਲਸੇਲ ਦਾ ਕੰਮ ਵੀ ਕਰਦੇ ਨੇ ਸੋ ਵੱਡੀਆਂ ਵੱਡੀਆਂ ਪੈਕੇਜਿੰਗ ਉਰੇ ਪਈਆਂ ਨੇ ਜਿਵੇਂ ਆਹ ਦੇਖੋ ਵੱਡੀਆਂ ਪੈਕਿੰਗਾਂ ਵੀ ਹੈਗੀਆਂ ਨੇ ਇਹ ਹਲਦੀ ਹੋ ਗਈ ਪੱਤੇ ਜੇ ਹੋ ਗਏ ਸਪਾਈਸਿਸ ਦੀਆਂ ਵੱਡੀਆਂ ਪੈਕਿੰਗਾਂ ਸੋ ਇਹ ਸਮਾਨ ਵੀ ਸਾਰਾ ਉਰੇ ਮਿਲ ਜਾਂਦਾ ਜਿਹੜਾ ਦੂਜਾ ਪੱਥਰ ਦਾ ਹੁੰਦਾ ਉਹ ਵੱਧ ਵਧੀਆ ਹੁੰਦਾ ਹੈਵੀ ਹੁੰਦਾ ਪਰ ਲੱਕੜ ਵਾਲਾ ਵੀ ਠੀਕ ਆ ਛੋਟੇ ਮਸਾਲੇ ਕੁੱਟਣ ਦਾ ਬਾਕੀ ਭਾਂਡੇ ਕਾਫੀ ਤਰ੍ਹਾਂ ਦੇ ਪਏ ਨੇ ਆਹ ਇੱਕ ਪਿਆ ਤੇ ਦੀਵਾਰ ਵਾਲਾ ਹੁੰਦਾ ਕੀ ਹੁੰਦਾ ਪਤਾ ਨਹੀਂ ਦੋਨੇ ਪਾਸੇ ਆ ਅਜੇ ਹੀ ਮੈਨੂੰ ਸ਼ਾਰਟਸ ਵਾਸਤੇ ਵੀ ਹੁੰਦਾ ਅਜੇ ਹੀ ਹੁੰਦਾ ਤੇ ਅੱਜ ਕੱਲ੍ਹ ਹਰ ਚੱਕਲੇ ਵੇਲੇ ਨੇ ਦੇਖ ਬੁੜੀਆਂ ਕਿਵੇਂ ਕਰੀਆਂ ਜਾਂਦਾ ਜੀ ਨੀਮੇ ਸੱਤ ਕੁੱਟੇ ਨਹੀਂ ਕੁੱਟੇ ਨਹੀਂ ਦੁੱਕਾ ਉਹਲੇ ਮਿਲਟਸ ਅੱਜ ਕੱਲ੍ਹ ਯਾਰ ਬਾਹਲਾ ਟ੍ਰੈਂਡ ਚੱਲਿਆ ਹੋਇਆ ਮਿਲਟਸ ਆ ਹਾਂ ਬਾਜਰਾ ਹੋ ਗਿਆ ਉਪਮਾ ਹੋ ਗਿਆ ਤੇ ਬਾਜਰੀ ਲਿਖਿਆ ਹੋਇਆ ਬਾਜਰਾ ਕਹਿ ਲਓ ਬਾਜਰੀ ਕਹਿ ਲਓ ਆਹ ਤਾਂ ਕਈ ਨਵੀਂ ਨੇ ਇਹਨਾਂ ਨੇ ਅੱਛਾ ਜਵਾਰ ਆ ਇੰਗਲਿਸ਼ ਨਹੀਂ ਪਤਾ ਸੀ ਨਵੀਂ ਨਹੀਂ ਹੈਗੀ ਜਵਾਰ ਹੀ ਰਾਗੀ ਆ ਉੱਪਰ ਭਾਂਡੇ ਭੁੰਡੇ ਖਾਸੇ ਪਏ ਨੇ ਜੀ ਤਵੇ ਤੁਵੇ ਜੱਗ ਇੱਧਰ ਸਨੈਕਸ ਹੋ ਗਏ ਆਹ ਮੇਥੀ ਪਾਰਾ ਨਮਕ ਪਾਰਾ ਉਧਰਾ ਨਹੀਂ ਮਿਲਿਆ ਹੈਗਾ ਤੁਸੀਂ ਫਾਫੜਾ ਖਾਣਾ ਫਾਫੜਾ ਖਾਣਾ ਕਿ ਥਾਫੜਾ ਕਲਾਫੜਾ ਖਾਣਾ ਕੋਧਰਾ ਨਹੀਂ ਮਿਲਿਆ ਯਾਰ ਕੋਧਰਾ ਕੀ ਹੋਣਾ ਕੋਧਰਾ ਤਾਂ ਮਿਲਿਆ ਨਹੀਂ ਕੋਧਰੀ ਮਿਲ ਗਈ ਉਹੀ ਹੋਣਾ ਹੈ ਉਹੀ ਚੀਜ਼ ਹੋਣੀ ਹੈ ਮੈਂ ਇੰਡੀਆ ਦੇ ਵਿੱਚ ਸੁਣਿਆ ਸੀ ਇੱਕ ਸੰਗੋਸ਼ ਛੱਕਦੇ ਹੁੰਦੇ ਸੀ ਉਹ ਮਿਲਦਾ ਬਹੁਤ ਘੱਟ ਸੀ ਇੱਕ ਥਾਂ ਉਹ ਤੋਂ ਮਿਲਦਾ ਸੀ ਹੁਣ ਤਾਂ ਮਿਲਣ ਲੱਗ ਗਿਆ ਇਹਦੀ ਖੇਤੀ ਕੀ ਦੁਬਾਰਾ ਕਰਨ ਲੱਗ ਗਏ ਅੱਜ ਕੱਲ੍ਹ ਇੱਕ ਵਾਲਾ ਟ੍ਰੈਂਡ ਚੱਲ ਪੈਂਦਾ ਵਾ
ਵੀ ਗੁਰੂ ਨਾਨਕ ਦੇਵ ਜੀ ਦੀ ਖੇਤੀ ਕੋਧਰੇ ਦੀ ਖੇਤੀ ਪਤਾ ਨਹੀਂ ਕਰਦੇ ਸੀ ਜਾਂ ਨਹੀਂ ਕਿਤੇ ਹੱਸ ਦੇ ਸ਼ਾਇਦ ਲਿਖਿਆ ਹੋਇਆ ਵਾ ਕਣਕ ਨੂੰ ਬੜਾ ਮਾੜਾ ਕਹਿਣ ਲੱਗ ਜਾਂਦੇ ਹੁੰਦੇ ਨੇ ਇਕਦਮ ਹੀ ਕਣਕ ਨੂੰ ਵਿਚਾਰੀ ਲੱਗ ਜਾਂਦੇ ਨੇ ਤੇ ਸਭ ਤੋਂ ਘੈਂਟ ਗੱਲ ਆ ਜੀ ਜਦੋਂ ਤੁਸੀਂ ਉਹਦੇ ਗਰੋਸਰੀ ਕੀਤੀ ਤੇ ਤੁਸੀਂ $100 ਦੀ ਗਰੋਸਰੀ ਕਰ ਲਈ ਤੁਹਾਨੂੰ ਮਿਲ ਗਈਆਂ 1 ਪਾਊਂਡ ਗਰਮਾ ਗਰਮ ਜਲੇਬੀਆਂ ਫਰੀ ਤੇ ਬਾਈ ਹੋਣਾ ਕੋਲੇ ਜੀ ਬਿਸਕੁਟ ਵੀ ਹੈਗੇ ਪੀਪੇ ਵਾਲੇ ਤੇ ਬਿਸਕੁਟ ਇਹ ਖਾਸ ਤਿਆਰ ਕਰਵਾਉਂਦੇ ਨੇ ਆਪ ਬਣਵਾਉਂਦੇ ਨੇ ਬਿਸਕੁਟ ਬਹੁਤ ਟੇਸਟੀ ਨੇ ਜੀ ਵਾਲੇ ਅਸੀਂ ਪਹਿਲਾਂ ਖਾ ਲਏ ਚਾਹ ਦੇ ਨਾਲ ਬਹੁਤ ਸਵਾਦ ਨੇ ਥੋੜੀ ਸਨੋਹ ਦੇ ਕਿੰਨੀ ਪੈ ਗਈ ਯਾਰ ਹੱਦ ਹੋ ਗਈ ਪਾਣੀ ਤੇ ਸਨੋਹ ਡਿੱਗ ਰਹੀ ਅੱਜ ਪਹਿਲਾ ਦਿਨ ਹੀ ਆ ਜਦੋਂ ਸਨੋਹ ਪਈ ਆ ਅਸੀਂ ਗਰੋਸਰੀ ਕਰਨ ਗਏ ਸੀਗੇ ਹੁਣ ਥੋੜੀ ਜ਼ਿਆਦਾ ਪੈਣੀ ਆ ਉਹ ਕਿੰਨੀ ਛੇਤੀ ਰਵੀ ਬਹੁਤ ਸਨੋਹ ਪੈ ਗਈ ਯਾਰ ਮੈਂ ਕਹਿੰਦਾ ਤੂੰ ਇੱਧਰ ਹੀ ਰਹਿ ਲੈ ਮੇਰੇ ਕੰਨੀ ਅੱਜ ਰਵੀ ਰੱਖ ਫਿਰ ਛੇਤੀ ਕਰੋ ਵਾਹਿਗੁਰੂ 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 ਬਾਬੇ ਸਨੋਹ ਦੇਖੋ ਕਿੰਨੀ ਪੈ ਰਹੀ ਆ ਕੁਛ ਨਹੀਂ ਦਿਖ ਰਿਹਾ ਕਿੰਨੇ ਦਿਨਾਂ ਬਾਅਦ ਬਾਣੀ ਜ਼ਿਆਦੇ ਸਨੋਹ ਪੈ ਗਈ ਇੱਕਦਮ ਹੀ ਬਾਣੀ ਤੇਜ਼ ਬਾਣੀ ਪੈ ਰਹੀ ਹੈ ਪੈ ਰਹੀ ਆ ਪੂਰੀ ਉਹ ਦੇਖ ਸਾਰੀਆਂ ਗੱਡੀਆਂ ਹੌਲੀ ਹੌਲੀ ਜਾਂਦੀਆਂ ਸੜਕਾਂ ਭਰਤੇ ਐਂ ਬੜੀ ਛੇਤੀ ਭਰੀ ਇੰਟਰਸੈਕਸ਼ਨ ਨਹੀਂ ਦੀ ਕਿਹੜੀ ਆ ਗਈ ਮੈਂ ਬੁਲਾਇਆ ਹੋਇਆ ਹੋਣਾ ਸੀ ਪਰ ਕਿੰਨੀ ਛੇਤੀ ਵੈਦਰ ਚੇਂਜ ਹੁੰਦਾ ਤੂੰ ਕਮਾਲ ਹੀ ਆ ਯਾਰ ਕਮਾਲ ਹੀ ਆਪੀ ਆ ਸਨੋਹ ਤਾਂ ਬਾਲੀ ਪੈ ਰਹੀ ਆ ਜੀ ਬਸ ਉਹ ਕਹਿ ਰਹਾ ਵੀ ਬਾਏ ਬਾਈ ਆ ਕੀ ਚੀਜ਼ ਹੋ ਗਈ ਉਧਰ ਜਵਾਕ ਖੇਡਣ ਲੱਗੇ ਸੀ ਨਵੇਂ ਕੋਈ ਆਏ ਹੋਣੇ ਹਨਾ ਕਾਫੀ ਪੈ ਗਈ ਤੇ ਪੈਣੀ ਆ ਹੁਣ ਸਨੋ ਫੁੱਲ ਓਕੇ ਓਕੇ ਬਾਏ ਬਾਏ ਬਾਏ।